ਪਿਆਰੇ ਬੱਚਿਓ ਅੱਜ ਆਪਾਂ ਗੱਲ ਕਰਾਂਗੇ 7ਵੀਂ ਜਮਾਤ ਵਿਸ਼ਾ ਸਮਾਜਿਕ ਵਿਗਿਆਨ ਪਾਠ ਨੰਬਰ 18 ਲੋਕਤੰਤਰ ਅਤੇ ਸਮਾਨਤਾ ਅੱਜ ਆਪਾਂ ਇਸ ਪਾਠ ਦੇ ਕੁਐਸਚਨ ਆਨਸਰ ਕਰਾਂਗੇ ਇਸ ਤੋਂ ਇਲਾਵਾ ਤੁਸੀਂ ਬਾਕੀ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਪਲੇਲਿਸਟ ਦੇ ਵਿੱਚ ਜਾ ਕੇ ਕਰ ਸਕਦੇ ਹੋ ਚੈਨਲ ਤੇ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਪਾਏ ਜਾ ਚੁੱਕੇ ਨੇ ਤੇ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਅਭਿਆਸ ਦੇ ਪ੍ਰਸ਼ਨ ਉੱਤਰ ਪ੍ਰਸ਼ਨ ਨੰਬਰ ਲੋਕਤੰਤਰੀ ਸਰਕਾਰ ਤੋਂ ਕੀ ਭਾਵ ਹੈ? ਉੱਤਰ ਲੋਕਤੰਤਰ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੁੰਦੀ ਹੈ। ਇਹ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਬਣਾਈ ਸਰਕਾਰ ਹੁੰਦੀ ਹੈ। ਪ੍ਰਸ਼ਨ ਨੰਬਰ 3 ਕਾਨੂੰਨ ਦੇ ਰਾਜ ਤੋਂ ਤੁਸੀਂ ਕੀ ਸਮਝਦੇ ਹੋ? ਉੱਤਰ ਕਾਨੂੰਨ ਦੇ ਰਾਜ ਤੋਂ ਭਾਵ ਹੈ ਕਿ ਦੇਸ਼ ਦਾ ਸ਼ਾਸਨ ਨਿਸ਼ਚਿਤ ਨਿਯਮਾਂ ਦੇ ਅਨੁਸਾਰ ਚਲਾਇਆ ਜਾਂਦਾ ਹੈ ਅਤੇ ਕਾਨੂੰਨ ਦੇ ਅਨੁਸਾਰ ਸਾਰੇ ਬਰਾਬਰ ਹਨ। ਪ੍ਰਸ਼ਨ ਨੰਬਰ 3 ਬੋਟ ਦੇ ਅਧਿਕਾਰ ਦਾ ਲੋਕਤੰਤਰ ਵਿੱਚ ਕੀ ਮਹੱਤਵ ਹੈ ਪੁੱਤਰ ਲੋਕਤੰਤਰ ਵਿੱਚ ਲੋਕ ਵੋਟ ਪਾ ਕੇ ਆਪਣੀ ਸਰਕਾਰ ਚੁਣਦੇ ਹਨ ਜੋ ਸਰਕਾਰ ਲੋਕਾਂ ਦੀ ਇੱਛਾ ਅਨੁਸਾਰ ਕੰਮ ਨਹੀਂ ਕਰਦੀ ਲੋਕ ਵੋਟਾਂ ਰਾਹੀਂ ਉਸ ਸਰਕਾਰ ਨੂੰ ਬਦਲ ਦਿੰਦੇ ਹਨ ਇਸ ਲਈ ਵੋਟ ਦੇ ਅਧਿਕਾਰ ਦਾ ਬਹੁਤ ਮਹੱਤਵਪੂਰਨ ਹੁੰਦਾ ਹੈ ਵੋਟ ਦੇ ਅਧਿਕਾਰ ਦਾ ਬਹੁਤ ਮਹੱਤਵ ਹੁੰਦਾ ਹੈ ਤੇ ਮਹੱਤਵਪੂਰਨ ਨਹੀਂ ਲਿਖਿਆ ਜਾਏਗਾ ਠੀਕ ਹੈ ਪ੍ਰਸ਼ਨ ਨੰਬਰ 4 ਲੋਕਤੰਤਰ ਵਿੱਚ ਲੋਕਮਤ ਦਾ ਕੀ ਮਹੱਤਵ ਹੈ ਉੱਤਰ ਲੋਕਮਤ ਦਾ ਭਾਵ ਲੋਕਾਂ ਦੀ ਇੱਛਾ ਤੋਂ ਹੈ ਜੋ ਸਰਕਾਰ ਲੋਕਾਂ ਦੀ ਇੱਛਾ ਅਨੁਸਾਰ ਕੰਮ ਨਹੀਂ ਕਰਦੀ ਲੋਕ ਵੋਟਾਂ ਰਾਹੀਂ ਉਸ ਸਰਕਾਰ ਨੂੰ ਬਦਲ ਦਿੰਦੇ ਹਨ ਪ੍ਰਸ਼ਨ ਨੰਬਰ 5 ਕਿਹੜੇ ਦੇਸ਼ ਵਿੱਚ ਅਜੇ ਵੀ ਪ੍ਰਤੱਖ ਲੋਕਤੰਤਰ ਹੈ ਉੱਤਰ ਸਵਿਟਜ਼ਰਲੈਂਡ ਵਿੱਚ ਅੱਜ ਵੀ ਪ੍ਰਤੱਖ ਲੋਕਤੰਤਰ ਹੈ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50 ਤੋਂ 60 ਸ਼ਬਦਾਂ ਵਿੱਚ ਲਿਖੋ। ਪ੍ਰਸ਼ਨ ਨੰਬਰ 1 ਲੋਕਤੰਤਰ ਦੇ ਹੋਣ ਦੇ ਵਿੱਚ ਆਉਣ ਬਾਰੇ ਸੰਖੇਪ ਨੋਟ ਲਿਖੋ। ਉੱਤਰ ਲੋਕਤੰਤਰ ਦਾ ਆਰੰਭ ਜੁਨਾਨ ਦੇਸ਼ ਦੇ ਸ਼ਹਿਰ ਇਥਨਜ ਵਿੱਚ ਲਗਭਗ 2500 ਸਾਲ ਪਹਿਲਾਂ ਹੋਇਆ। ਉੱਥੋਂ ਦੇ ਲੋਕ ਸਾਲ ਵਿੱਚ ਕਈ ਵਾਰ ਇਕੱਠੇ ਹੋ ਕੇ ਸਭਾ ਕਰਦੇ ਸਨ ਅਤੇ ਫੈਸਲੇ ਕਰਦੇ ਸਨ। ਉਸ ਸਮੇਂ ਪ੍ਰਤੱਖ ਲੋਕਤੰਤਰ ਪ੍ਰਚਲਿਤ ਸੀ। ਪ੍ਰਸ਼ਨ ਨੰਬਰ 2 ਲੋਕਤੰਤਰ ਸਰਕਾਰ ਸਭ ਤੋਂ ਪਹਿਲਾਂ ਕਿਹੜੇ ਦੇਸ਼ ਵਿੱਚ ਸਥਾਪਿਤ ਹੋਈ? ਉੱਤਰ ਲੋਕਤੰਤਰ ਸਰਕਾਰ ਸਭ ਤੋਂ ਪਹਿਲਾਂ ਜੁਨਾਨ ਵਿੱਚ ਸਥਾਪਿਤ ਹੋਈ ਪ੍ਰਸ਼ਨ ਨੰਬਰ 3 ਲੋਕਤੰਤਰ ਸਰਕਾਰ ਦੇ ਚਾਰ ਬੱਖ-ਬੱਖ ਰੂਪਾਂ ਦੇ ਨਾਮ ਲਿਖੋ ਉੱਤਰ ਬੱਚਿਓ ਪਹਿਲਾ ਰੂਪ ਹੈਗਾ ਪ੍ਰਧਾਨਾਤਮਕ ਸਰਕਾਰ ਇਸ ਸਰਕਾਰ ਵਿੱਚ ਦੇਸ਼ ਦਾ ਰਾਸ਼ਟਰਪਤੀ ਸਿੱਧਾ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ ਇਸ ਤਰ੍ਹਾਂ ਦੀ ਸਰਕਾਰ ਅਮਰੀਕਾ ਵਿੱਚ ਹੈ ਨੰਬਰ 2 ਸੰਸਦਤਮਕ ਸਰਕਾਰ ਇਸ ਤਰ੍ਹਾਂ ਦੀ ਸਰਕਾਰ ਵਿੱਚ ਸੰਸਦ ਬਧੇਰੇ ਸ਼ਕਤੀਸ਼ਾਲੀ ਹੁੰਦੀ ਹੈ ਰਾਜ ਦੀ ਅਸਲ ਸ਼ਕਤੀ ਪ੍ਰਧਾਨ ਮੰਤਰੀ ਕੋਲ ਹੁੰਦੀ ਹੈ ਭਾਰਤ ਵਿੱਚ ਸੰਸਦੀ ਸਰਕਾਰ ਹੈ ਨੰਬਰ 3 ਇਕਾਤਮਕ ਸਰਕਾਰ ਇਸ ਤਰ੍ਹਾਂ ਦੀ ਸਰਕਾਰ ਵਿੱਚ ਕੇਂਦਰ ਅਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ ਹੁੰਦੀ ਹੈ ਪਰੰਤੂ ਕੇਂਦਰ ਵੱਧ ਸ਼ਕਤੀਸ਼ਾਲੀ ਹੁੰਦਾ ਹੈ ਨੰਬਰ 4 ਸੰਘਾਤਮਕ ਸਰਕਾਰ ਸੰਘਾਤਮਕ ਸਰਕਾਰ ਵਿੱਚ ਕੇਂਦਰ ਅਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ ਹੁੰਦੀ ਹੈ ਹਰੇਕ ਰਾਜ ਦੀ ਆਪਣੀ ਸਰਕਾਰ ਹੁੰਦੀ ਹੈ ਭਾਰਤ ਵਿੱਚ ਵੀ ਸੰਘਾਤਮਕ ਸਰਕਾਰ ਹੈ ਪ੍ਰਸ਼ਨ ਨੰਬਰ 4 ਲੋਕਤੰਤਰੀ ਸਰਕਾਰ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਬਾਰੇ ਲਿਖੋ ਉੱਤਰ ਨੰਬਰ 1 ਸੂਝਵਾਨ ਨਾਗਰਿਕ ਲੋਕਤੰਤਰ ਲਈ ਸੂਝਵਾਨ ਅਤੇ ਪੜ੍ਹੇ ਲਿਖੇ ਨਾਗਰਿਕ ਬਹੁਤ ਜ਼ਰੂਰੀ ਹਨ ਸੂਝਵਾਨ ਨਾਗਰਿਕ ਹੀ ਚੰਗੀ ਸਰਕਾਰ ਦੀ ਚੋਣ ਕਰ ਸਕਦੇ ਹਨ ਨੰਬਰ 2 ਸੂਝਵਾਨ ਅਤੇ ਸਮਝਦਾਰ ਨੇਤਾ ਸਮਝਦਾਰ ਅਤੇ ਲੋਕਪੱਖੀ ਨੇਤਾ ਹੀ ਲੋਕਤੰਤਰ ਵਿੱਚ ਲੋਕ ਭਲਾਈ ਦੇ ਕੰਮ ਕਰ ਸਕਦੇ ਹਨ। ਪ੍ਰਸ਼ਨ ਨੰਬਰ 5 ਸਮਾਜਿਕ ਅਤੇ ਆਰਥਿਕ ਸਮਾਨਤਾ ਤੋਂ ਤੁਸੀਂ ਕੀ ਸਮਝਦੇ ਹੋ? ਉੱਤਰ ਲੋਕਤੰਤਰ ਵਿੱਚ ਨਾਗਰਿਕਾਂ ਵਿੱਚ ਜਾਤ ਪਾਤ, ਧਰਮ, ਭਾਸ਼ਾ ਅਤੇ ਰੰਗ ਆਦਿ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ ਆਰਥਿਕਤਾ ਅਤੇ ਸਮਾਜਿਕ ਤੌਰ ਉੱਤੇ ਬਰਾਬਰੀ ਹੋਣੀ ਚਾਹੀਦੀ ਹੈ। ਅਗਲਾ ਪ੍ਰਸ਼ਨ ਹੈਗੇ ਬੱਚਿਓ ਆਧੁਨਿਕ ਯੁੱਗ ਵਿੱਚ ਲੋਕਤੰਤਰੀ ਸਰਕਾਰ ਹਰਮਨ ਪਿਆਰੀ ਕਿਉਂ ਹੈ? ਉੱਤਰ ਆਧੁਨਿਕ ਯੁੱਗ ਵਿੱਚ ਲੋਕਤੰਤਰੀ ਸਰਕਾਰ ਹੇਠ ਲਿਖੇ ਕਾਰਨਾ ਕਰਕੇ ਹਰਮਨ ਪਿਆਰੀ ਹੈ। ਨੰਬਰ 1 ਸਮਾਨਤਾ। ਲੋਕਤੰਤਰ ਵਿੱਚ ਸਾਰੇ ਨਾਗਰਿਕ ਸਮਾਨ ਹੁੰਦੇ ਹਨ ਅਤੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਨੰਬਰ 2 ਸਵਤੰਤਰਤਾ ਲੋਕਾਂ ਨੂੰ ਕੋਈ ਵੀ ਕਿਤਾਬ ਅਪਣਾਉਣ ਦੇਸ਼ ਦੇ ਕਿਸੇ ਵੀ ਖੇਤਰ ਵਿੱਚ ਵਸਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਸਵਤੰਤਰਤਾ ਹੁੰਦੀ ਹੈ। ਨੰਬਰ 3 ਨਾਗਰਿਕਾਂ ਦੀ ਸਰਗਰਮ ਭੂਮਿਕਾ ਲੋਕਤੰਤਰ ਵਿੱਚ ਨਾਗਰਿਕ ਸਰਗਰਮ ਭੂਮਿਕਾ ਨਿਭਾਉਂਦੇ ਹਨ। ਉਹ ਵੋਟਾਂ ਪਾ ਕੇ ਸਰਕਾਰ ਦੀ ਚੋਣ ਕਰਦੇ ਹਨ। ਅਗਲਾ ਹੈਗੇ ਬੱਚੋ ਖਾਲੀ ਥਾਵਾਂ ਭਰੋ। ਨੰਬਰ 1 ਭਾਰਤ ਵਿੱਚ ਦੇਸ਼ ਦਾ ਮੁਖੀਆ ਰਾਸ਼ਟਰਪਤੀ ਜਿਸ ਨੂੰ ਆਪਾਂ ਰਾਸ਼ਟਰਪਤੀ ਕਹਿੰਨੇ ਆ ਨਿਸ਼ਚਿਤ ਸਮੇਂ ਲਈ ਚੁਣਿਆ ਜਾਂਦਾ ਹੈ ਇਸ ਲਈ ਭਾਰਤ ਇੱਕ ਡੈਸ਼ ਦੇਸ਼ ਹੈ ਕਿਹੜਾ ਦੇਸ਼ ਹੈ ਬੱਚਿਓ ਲੋਕਤੰਤਰੀ ਨੰਬਰ 2 ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਦਾ ਨਾ ਮਾਤਰ ਮੁਖੀ ਡੈਸ਼ ਹੈ ਅਤੇ ਰਾਜ ਸਰਕਾਰ ਦੇ ਨਾ ਮਾਤਰ ਮੁਖੀ ਡੈਸ਼ ਹੁੰਦੇ ਹਨ ਕੌਣ-ਕੌਣ ਨੇ ਬੱਚਿਓ ਕੇਂਦਰ ਸਰਕਾਰ ਦਾ ਨਾ ਮਾਤਰ ਮੁਖੀ ਹੁੰਦਾ ਹੈ ਰਾਸ਼ਟਰਪਤੀ ਤੇ ਰਾਜ ਸਰਕਾਰ ਦਾ ਨਾ ਮਾਤਰ ਮੁਖੀ ਹੁੰਦਾ ਹੈ ਰਾਜਪਾਲ ਨੰਬਰ 3 ਲੋਕਤੰਤਰ ਦਾ ਆਰੰਭ ਜੁਨਾਨ ਦੇ ਸ਼ਹਿਰ ਏਥੰਜ ਵਿੱਚ ਹੋਇਆ ਕਿਹੜੇ ਦੇਸ਼ ਦੇ ਵਿੱਚ ਹੋਇਆ ਬੱਚੋ ਜੁਨਾਨ ਠੀਕ ਹੈ ਸ਼ਹਿਰ ਕਿਹੜਾ ਸੀ ਏਥੰਜ ਡੈਸ਼ ਹੀ ਅਜਿਹਾ ਦੇਸ਼ ਹੈ ਜਿੱਥੇ ਅਜੇ ਵੀ ਸਿੱਧਾ ਲੋਕਤੰਤਰ ਹੈ ਸਵਿਟਜ਼ਰਲੈਂਡ ਵਿੱਚ ਨੰਬਰ 5 ਲੋਕਤੰਤਰ ਦੇ ਮੁਢਲੇ ਆਦਰਸ਼ ਡੈਸ਼ ਅਤੇ ਡੈਸ਼ ਹਨ ਸਮਾਨਤਾ ਅਤੇ ਸੁਤੰਤਰਤਾ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਨੰਬਰ 1 ਕ ਭਾਰਤ ਇੱਕ ਲੋਕਤੰਤਰੀ ਗਣਰਾਜ ਹੈ ਸਹੀ ਨੰਬਰ 2 ਸਵਿਟਜ਼ਰਲੈਂਡ ਹੀ ਜਿਹਾ ਦੇਸ਼ ਹੈ ਜਿੱਥੇ ਅਜੇ ਵੀ ਸਿੱਧਾ ਲੋਕਤੰਤਰ ਹੈ ਸਹੀ ਨੰਬਰ 3 ਸਾਡੇ ਦੇਸ਼ ਵਿੱਚ ਵੋਟ ਪਾਉਣ ਦਾ ਅਧਿਕਾਰ ਕੁਝ ਬਾਲਗਾਂ ਨੂੰ ਹੀ ਪ੍ਰਾਪਤ ਹੈ ਗਲਤ ਇਹ ਸਾਰੇ 18 ਸਾਲ ਤੋਂ ਉੱਪਰ ਦੇ ਹਰੇਕ ਵਿਅਕਤੀ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਨੰਬਰ 4 ਲੋਕਤੰਤਰੀ ਦੇਸ਼ ਵਿੱਚ ਕਾਨੂੰਨ ਦਾ ਰਾਜ ਹੁੰਦਾ ਹੈ ਸਹੀ ਨੰਬਰ 5 ਆਧੁਨਿਕ ਲੋਕਤੰਤਰ ਦੀ ਸਥਾਪਨਾ ਪਹਿਲਾਂ ਫਰਾਂਸ ਦੇਸ਼ ਵਿੱਚ ਹੋਈ ਸੀ ਗਲਤ ਕਿੱਥੇ ਹੋਈ ਸੀ ਬੱਚਿਓ ਜਨਾਨ ਵਿੱਚ ਬਹੁ ਵਿਕਲਪੀ ਪ੍ਰਸ਼ਨ ਉੱਤਰ ਆ ਲੋਕਤੰਤਰੀ ਸਰਕਾਰ ਲੋਕਾਂ ਦੀ ਲੋਕਾਂ ਲਈ ਅਤੇ ਲੋਕਾਂ ਦੁਆਰਾ ਇਹ ਕਥਨ ਕਿਸ ਦੇ ਕਥਨ ਹਨ 얘ਥੇ ਬੱਚਿਓ ਇਹ ਰੰਗ ਅਲੱਗ ਹੈ ਠੀਕ ਹੈ ਆਪਸ਼ਨ ਦਾ ਤਾਂ ਇਹ ਉੱਤਰ ਹੈ ਠੀਕ ਹੈ ਇਹ ਤੁਸੀਂ ਧਿਆਨ ਵਿੱਚ ਰੱਖਣਾ ਹੈ ਤਿੰਨ ਆਪਸ਼ਨ ਨੇ ਆਪਣੇ ਕੋਲ ਇਬਰਾਹਿਮ ਲਿੰਕਨ ਲਾਸਗੀ ਤੇ ਡੇਵਿਡ ਇਸਟਨ ਠੀਕ ਹੈ ਇਹ ਕਿਸ ਨੇ ਕਿਹਾ ਸੀ ਬੱਚਿਓ ਇਬਰਾਹਿਮ ਲਿੰਕਨ ਨੇ ਨੰਬਰ 2 ਆਧੁਨਿਕ ਯੁੱਗ ਵਿੱਚ ਕਿਸ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਨੰਬਰ 1 ਤਾਨਾਸ਼ਾਹੀ ਸਰਕਾਰ ਨੰਬਰ 2 ਲੋਕਤੰਤਰੀ ਸਰਕਾਰ ਨੰਬਰ 3 ਸੈਨਿਕ ਸ਼ਾਸਨ ਇਹ ਕਿਹਨੂੰ ਮੰਨਿਆ ਜਾਂਦਾ ਬੱਚਿਓ ਲੋਕਤੰਤਰੀ ਸਰਕਾਰ ਨੂੰ ਨੰਬਰ 3 ਹੈਗੇ ਸੰਸਦੀ ਲੋਕਤੰਤਰੀ ਸਰਕਾਰ ਸਰਕਾਰਾਂ ਵਾਲੇ ਦੇਸ਼ਾਂ ਵਿੱਚ ਦੇਸ਼ ਦੇ ਮੁਖੀ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਬੱਚਿਓ ਦੋ ਤਰ੍ਹਾਂ ਦੇ ਕਿਹੜੇ-ਕਿਹੜੇ ਹੁੰਦੇ ਨੇ ਬੱਚਿਓ ਇੱਕ ਤਾਂ ਪ੍ਰਧਾਨ ਮੰਤਰੀ ਇੱਕ ਰਾਸ਼ਟਰਪਤੀ ਇਸ ਤਰ੍ਹਾਂ ਬੱਚਿਓ ਜਿਹੜਾ ਇਹ ਪਾਠ ਹੈ ਕੰਪਲੀਟ ਹੋ ਗਿਆ ਇਸਦੇ ਪ੍ਰਸ਼ਨ ਉੱਤਰ ਤੁਸੀਂ ਆਪਣੀਆਂ ਬੁੱਕਸ ਉੱਪਰ ਨੋਟ ਕਰ ਸਕਦੇ ਹੋ ਉਹਨਾਂ ਨੂੰ ਯਾਦ ਕਰ ਸਕਦੇ ਹੋ ਚੰਗੀ ਤਰ੍ਹਾਂ ਸਮਝਣਾ ਤੇ ਪੇਪਰ ਦੇ ਵਿੱਚ ਵਧੀਆ ਤੋਂ ਵਧੀਆ ਨੰਬਰ ਲੈਣੇ ਨੇ ਤੇ ਬਾਕੀ ਪ੍ਰਸ਼ਨਾਂ ਦੇ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਪ੍ਰਸ਼ਨ ਉੱਤਰ ਕਰ ਸਕਦੇ ਹੋ ਧੰਨਵਾਦ